पुराने समय दे विच जिथे पंजाब दे गबरू अपनी हिम्मत ते ताकत करके जाने जांदे सी, पर अज नशा पंजाब दी जवानी नूं किस कदर खा रहा है ये असीं सारे जानदे हां। पर उधर दूजे पासे नशा छडाउण दे लई नशा छुड़ाओ केंद्र जिहड़े खोले गए ने उह वी अपने तौर दे उत्ते बखूबी काम कर रहे ने। खबर होशियारपुर दे होण तों है जिथे कि 2015 दे विच नशा छुड़ाओ केंद्र खोलिया गया सी। 2015 तों लैके हुण तक इस नशा छुड़ाओ केंद्र दे विच 840 मरीज ठीक होके अपने घरों परते ने, भाव कि 840 नशेड़ियां ने नशा छड्डिया अते उहनां नूं इक नवीं जिंदगी मिली है। इस मौके दे उत्ते गलबात करदिआं डॉक्टर हरबंस कौर ने दस्सिया कि उहनां दे वल्लों इन्हां नशेड़ियां दी आदतां नूं बदलण दे लई उहनां नूं पूरा दिन वख वख कम्मां दे विच उलझा के रख्या जांदा है तां जो उहनां दीआं बुरीआं आदतां दूर हो जाण। उन्हां नूं इक तां जिहड़ा कि असीं 3 महीने इत्थे अपने रीहैब सेंटर दे विच रखदे हां, उन्हां नूं बाकी सोसाइटी नालों थोड़ा अलग करके उन्हां दे जिहड़े यार दोस्त आ जिन्हां दे तों नशा शुरू कीता उन्हां ने उन्हां तों उन्हूं अलग रखिया जांदा, अलग रख के उन्हां नूं इत्थे डेली मॉर्निंग तों ईवनिंग तक जिहड़ियां एक्टिविटीज़ करवाइया जांदियां आ। जिस तरह सवेरे 6 बजे उन्हां नूं उठा लिया जांदा आ, उस तों बाद उन्हां दी मॉर्निंग प्रेयर हुंदी आ, अकॉर्डिंग टू कैलेंडर सारियां एक्टिविटीज़ जिहड़ियां करवाइया जांदियां आ, ਅਤੇ ਰਾਤੀ 10 ਵਜੇ ਤੱਕ ਉਹਨਾਂ ਦਾ ਇਹ ਸਾਰਾ ਜਿਹੜਾ ਸ਼ਡਿਊਲ ਚੱਲਦਾ ਹੈ। ਤੁਹਾਨੂੰ ਲੱਗਦਾ 3 ਮਹੀਨੇ ਦਾ ਕਾਫੀ ਸਮਾਂ ਹੁੰਦਾ ਆ ਜਿਹਦੇ ਵਿੱਚ ਉਹ ਬਿਲਕੁਲ ਕੋਈ ਡਰੱਗ ਨਹੀਂ ਲੈਂਦੇ ਅਤੇ ਉਹਨਾਂ ਦਾ ਡਰੱਗ ਵੱਲੋਂ ਜਿਹੜਾ ਹੈਗਾ ਆ ਮੂੰਹ ਮੁੜ ਜਾਂਦਾ ਆ ਅਤੇ ਫਿਰ ਉਹਨਾਂ ਦਾ ਉਹਦੇ ਵੱਲ ਡਰੱਗ ਵੱਲ ਮੂੰਹ ਨਹੀਂ ਰਹਿੰਦਾ, ਉਹਨਾਂ ਨੂੰ ਫਿਰ ਉਹ ਆਪਣੀ ਫੈਮਿਲੀ ਦੇ ਵਿੱਚ ਜਾ ਕੇ ਮਤਲਬ ਕਿ ਨੋਰਮਲ ਜੀਵਨ ਜਿਹੜਾ ਬਤੀਤ ਕਰ ਸਕਦੇ ਆ। ਹਾਂਜੀ, ਅਲੱਗ ਅਲੱਗ ਇਹਨਾਂ ਦੇ ਕਾਰਨ ਹੁੰਦੇ ਆ ਨਸ਼ਿਆਂ ਵੱਲ ਜਾਣ ਦੇ। ਕਿਸੇ ਦਾ ਤਾਂ ਕੋਈ ਤਾਂ ਸ਼ੌਕੀਆ ਤੌਰ 'ਤੇ ਹੀ ਆ ਜਾਂਦੇ ਆ, ਕੁਛ ਹੁੰਦੇ ਜਿਨ੍ਹਾਂ ਨੂੰ ਕੁਛ ਘਰੋਂ ਥੋੜ੍ਹੀ ਬਹੁਤੀ ਕੋਈ ਪ੍ਰੋਬਲਮ ਹੁੰਦੀ ਆ, ਘਰ ਲੜਾਈ ਝਗੜਾ ਹੁੰਦਾ ਆ, ਜਾਂ ਉਹ ਡਿਪਰੈਸ਼ਨ ਦੇ ਵਿੱਚ ਹੁੰਦੇ ਆ, ਜਾਂ ਉਹਨਾਂ ਕੋਲ ਕੰਮ ਕਾਰ ਨਹੀਂ ਹੁੰਦਾ, ਇਸ ਤਰ੍ਹਾਂ ਦੇ ਕਈ ਸਾਰੇ ਕਾਰਨ ਹੁੰਦੇ ਆ ਜਿਨ੍ਹਾਂ ਕਾਰਨ ਉਹ ਨਸ਼ੇ ਦੇ ਵਿੱਚ ਫਸ ਜਾਂਦੇ ਆ। ਅਤੇ ਕੁਛ ਪਹਿਲਾਂ ਤਾਂ ਅਸੀਂ 21 ਦਿਨ ਪੇਸ਼ੈਂਟ ਨੂੰ ਮੈਡੀਸਨ 'ਤੇ ਰੱਖਦੇ ਹਾਂ ਡੀਟੌਕਸ ਕਰਨ ਵਾਸਤੇ। ਡੀਟੌਕਸ ਕਰਨ ਤੋਂ ਬਾਅਦ ਉਹਨਾਂ ਨੂੰ ਰੀਹੈਬ ਦੇ ਵਿੱਚ 3 ਮਹੀਨੇ ਵਾਸਤੇ ਰੱਖਦੇ ਹਾਂ। ਜਦੋਂ ਅਸੀਂ ਉਹਨਾਂ ਨੂੰ ਰੀਹੈਬ ਦੇ ਵਿੱਚ ਸ਼ਿਫਟ ਕਰਦੇ ਹਾਂ ਫਿਰ ਉਹਨਾਂ ਨੂੰ ਕੋਈ ਮੈਡੀਸਨ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਡੇਲੀ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਆ। ਮੋਰਨਿੰਗ 6 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਉਹਨਾਂ ਦਾ ਇੱਕ ਟਾਈਮ ਟੇਬਲ ਬਣਿਆ ਹੋਇਆ ਹੈ ਜਿਹਦੇ ਅਕੋਰਡਿੰਗਲੀ ਉਹਨਾਂ ਨੂੰ ਮੋਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਸ਼ਾਮ ਤੱਕ ਜਿਹੜੀਆਂ ਐਕਟੀਵਿਟੀਜ਼ ਆ ਉਹ ਕਰਵਾਈਆਂ ਜਾਂਦੀਆਂ ਆ। ਐਕਟੀਵਿਟੀਜ਼ ਦੇ ਵਿੱਚ ਹੈਗੀਆਂ ਸਕਿਨ ਡਿਵੈਲਪਮੈਂਟ ਵੀ ਆ ਜਾਂਦੀ ਆ, ਉਹਨਾਂ ਦੇ ਬੋਡੀ ਨੂੰ ਰਿਲੈਕਸ ਕਰਨ ਵਾਸਤੇ ਉਹਨਾਂ ਨੂੰ ਸਾਰਾ ਦਿਨ ਬਿਜ਼ੀ ਰੱਖਿਆ ਜਾਂਦਾ ਆ ਤਾਂ ਕਿ ਉਹਨਾਂ ਦਾ ਜਿਹੜਾ ਧਿਆਨ ਆ ਡਰੱਗਸ ਵੱਲ ਨਾ ਜਾਏ। ਨਸ਼ਾ ਛੁਡਾਓ ਕੇਂਦਰ ਦੇ ਵਿੱਚ ਰਹਿ ਰਹੇ ਵਿਅਕਤੀ ਨੇ ਦੱਸਿਆ ਕਿ ਕੇਂਦਰ ਦਾ ਮਾਹੌਲ ਬਹੁਤ ਹੀ ਵਧੀਆ ਹੈ ਅਤੇ ਪੂਰਾ ਦਿਨ ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ ਹੈ, ਖੇਡਾਂ ਵੀ ਖਿਡਾਈ ਜਾਂਦੀਆਂ ਨੇ, ਜਿੰਮ ਵੀ ਕਰਵਾਈ ਜਾਂਦੀ ਹੈ ਅਤੇ ਹੋਰ ਕੀ ਕੁਝ ਕਿਹਾ ਇਹਨਾਂ ਵਿਅਕਤੀਆਂ ਨੇ ਉਹ ਸੁਣਾਉਂਦੀਆਂ। ਦਲਦਲ ਦੇ ਵਿੱਚ ਯਾਰ ਦੋਸਤ ਹੁੰਦੇ ਸੀ ਸਕੂਲ ਟਾਈਮ ਦੇ ਵਿੱਚ, ਤਾਂ ਉਹਨੇ ਲਗਾ ਦਿੱਤਾ ਇਹ ਕਿ ਇਹ ਚੈੱਕ ਕਰਕੇ ਦੇਖ ਕਿਆ ਹੈਗਾ, ਮਤਲਬ ਕਿ ਕਹਿੰਦੇ ਮਜ਼ਾ ਆਉਂਦਾ ਇਹਦੇ ਵਿੱਚ, ਇੱਕ ਅੱਧੀ ਨੇ ਚੈੱਕ ਕੀਤਾ, ਫਿਰ ਆਪਣੇ ਆਪ ਵੀ ਮਨ ਕਰਨ ਵਾਲਾ ਪੰਦਾ ਆਦਮੀ ਹੈ ਕਿ ਨਹੀਂ ਹੁਣ ਮੈਂ ਚੈੱਕ ਕਰਕੇ ਦੇਖਿਆ ਤਾਂ ਮਜ਼ਾ ਆਉਣ ਲੱਗ ਪੈਂਦਾ ਬੰਦੇ ਨੂੰ ਹੌਲੀ ਹੌਲੀ, ਫਿਰ ਇਸ ਕਰਕੇ ਮੈਂ ਇਸ ਲਾਈਨ ਵਿੱਚ ਪੈ ਗਿਆ ਸਾ। ਟ੍ਰੀਟਮੈਂਟ ਤਾਂ ਵਧੀਆ ਗਾ, ਰਿਲੈਕਸ ਫੀਲ ਕਰਦੇ ਅੱਗੇ ਨਾਲ, ਅਤੇ ਜਾਂ ਘਰ 'ਤੇ ਕੀ ਹਰ ਵੇਲੇ ਘੁੰਮਦੇ ਰਹਿਣਾ ਯਾਰ ਦੋਸਤਾਂ ਨਾਲ ਨਸ਼ੇ 'ਚ ਹੀ ਰਹਿਣਾ, ਇੱਥੇ ਇਹ ਹੈ ਕਿ ਨਸ਼ੇ 'ਚ ਨਸ਼ੇ ਵਗੈਰਾ ਰਹਿਣਾ ਵਧੀਆ ਫੀਲ ਹੁੰਦਾ ਗਾ। ਇਹ ਹੈ ਜੀ ਸਮਾਂ, ਮਤਲਬ ਕਿ ਸਵੇਰ ਨੂੰ PT ਕਰਾ ਦਿੰਦੇ 5:30 ਵਜੇ ਉੱਠ ਜਾਈਦਾ, ਅਤੇ ਉਸ ਤੋਂ ਬਾਅਦ ਕੌਂਸਲਿੰਗ ਵਗੈਰਾ ਕਰਾ ਦਿੰਦੇ ਗੇ, ਬਾਕੀ ਆਪ ਮਤਲਬ ਕਿ ਜਿਵੇਂ ਖੇਲ ਕੂਦ ਵੀ ਕਰਦੇ ਸ਼ਾਮ ਨੂੰ, ਵੋਲੀਬਾਲ ਖੇਡ ਲਈਦਾ, ਜਾਂ ਮੁੰਡੇ ਗੇ ਇੱਥੇ ਜਿਵੇਂ ਬਾਕੀ ਮਰੀਜ਼ ਹੈਗੇ ਉਹਦੇ ਨਾਲ ਗੱਲਬਾਤ ਹੋ ਜਾਂਦੀ ਜੀ, ਇੱਦਾਂ ਇੱਦਾਂ ਪੂਰਾ ਦਿਨ ਨਿਕਲ ਜਾਂਦਾ ਗਾ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਕਿ ਨਸ਼ਾ ਨਾ ਕਰੋ, ਨਸ਼ਾ ਕਰਨਗੇ ਤਾਂ ਆਪਣੀ ਜ਼ਿੰਦਗੀ ਨੂੰ ਮਤਲਬ ਕਿ ਉਹੀ ਹੈ ਕਿ ਮੌਤ ਨੂੰ ਬੁਲਾਵਾ ਦੇਣਾ ਹੈ, ਨਸ਼ਾ ਕਰਕੇ ਤਾਂ ਮੌਤ ਨੂੰ ਬੁਲਾਵਾ ਦੇਣਾ, ਨਸ਼ਾ ਨਾ ਹੀ ਕਰੋ ਉਹੀ ਬਿਹਤਰ ਹੈਗਾ ਜ਼ਿੰਦਗੀ ਜਿਹੀ, ਤਾਂ ਨਸ਼ਾ ਕਦੀ ਵੀ ਨਾ ਕਰੋ ਜ਼ਿੰਦਗੀ ਵਾਸਤੇ। ਬਸ ਜੀ, ਜੋ ਬੰਦਾ ਨਸ਼ਾ ਕਰਦਾ ਉਹਨੂੰ ਆਪਣੇ ਆਪ ਆਉਣਾ ਚਾਹੀਦਾ ਇੱਥੇ ਨਸ਼ਾ ਛੱਡਣ ਵਾਸਤੇ, ਉਹਨੂੰ ਇਹ ਕਿ ਨਸ਼ਾ ਛੱਡਣਾ ਤਾਂ ਘਰ ਰਹਿ ਕੇ ਛੱਡ ਨਹੀਂ ਸਕਦਾ ਬੰਦਾ, ਇੱਥੇ ਰਹਿ ਕੇ ਹੀ ਛੱਡ ਸਕਦਾ। ਕਈ ਬੰਦੇ ਹੁੰਦੇ ਘਰ ਰਹਿ ਕੇ ਮੈਂ ਦਵਾਈ ਖਾ ਲੈਂਦਾ, ਉੱਦਾਂ ਨਹੀਂ ਨਸ਼ਾ ਛੁੱਟਦਾ, ਮੈਂ ਮਤਲਬ ਕਿ ਨਸ਼ਾ ਕਰਦਾ ਤਾਂ ਮੈਂ ਸੋਚਿਆ ਘਰ ਬਹਿ ਕੇ ਛੱਡ ਲੈਣਾ, ਪਰ ਘਰ ਰਹਿ ਕੇ ਨਹੀਂ ਛੁੱਟਿਆ, ਫਿਰ ਮੈਨੂੰ ਘਰ ਦੇ ਲੈ ਕੇ ਆਏ ਅਤੇ ਇੱਥੇ ਮੈਨੂੰ ਨਹੀਂ ਪਤਾ ਕਿ ਨਸ਼ਾ ਮੁਕਤੀ ਲੈ ਕੇ ਚੱਲੇ ਵੇ, ਫਿਰ ਵੀ ਮੈਨੂੰ ਹੋਸਪਿਟਲ ਆ ਕੇ ਲੱਗਿਆ ਪਤਾ ਕਿ ਮੈਨੂੰ ਨਸ਼ਾ ਮੁਕਤੀ ਕੇਂਦਰ ਲੈ ਕੇ ਚੱਲੇ ਵੇ, ਫਿਰ ਵੀ ਮੈਂ ਉਹਨਾਂ ਪੁੱਛਿਆ ਨਹੀਂ ਕਿ ਮੈਨੂੰ ਕਾਹਨੂੰ ਲੈ ਕੇ ਚੱਲੇ ਵੇ,
इस करके मैं अपने आप इत्थे आया। मैं चल कोई गल नहीं, घर है कहीं छुट्टना नहीं था, तो इस करके मैं अपने आप ही इत्थे आया। बहुत सारी इंप्रूवमेंट हैगी, पहला जिदा आप नशे अडिक्ट होंगे सके, तो हूँ काफ़ी जिदा लाइफ बारे दसिया जाता कि असी अगे की करना जी, अपना कितना टाइम खराब कर लिया। साडी काउंसलिंग होंगी, सानू समझाया जाता है, तो सानू दसिया जाता भी असी अपना कितना टाइम खराब कर चुके हैं, हूँ असी अगे जाके अपना टाइम सांभना, जो गलती होगी उन्होंने पिछे नहीं दोहराना नहीं मुड़ के। आप सर टाइम स्पेंड करन दे बहुत सारे वे आ इत्थे दित्ते हैगे, जिदा सवेर तो साडी योगा वगैरह हो जाता 5:30-6 बजे ठाल के एक्सरसाइज कराउंदे आ। सर उस तो बाद फिर साडा ब्रेकफास्ट आ जाता, आप शावर लईदे, ब्रेकफास्ट आ जाता साडा। फिर ब्रेकफास्ट तो बाद सर जिदा सानू मेडिसिन दित्ती जांदी आ, ते सर मेडिसिन तो बाद फिर सारे जिदा साडे काउंसलर मैडम जां सर आ जांदे, फिर साडी काउंसलिंग हुंदी रेगुलर, फिर सर साडियां क्लासां लगदियां एंटरटेनमेंट ते, तो सानू नशे दे रिगार्डिंग कोई मूवीज़ जां कुछ भी इदां दा दिखाया जांदा, ते साडी काउंसलिंग कीती जांदी, ते अलग अलग वे दसे जांदे आ कि जे बाहर जाके इत्थों सानू क्रेविंग्स आउण नशे दीआं ते असीं की करना, उत्थों किद्दां अपने आप नूं मोड़ना। इत्थे सर मैं खेल लैंदा हुंदा, जिम जुम जाना, वॉलीबॉल खेल लईदा वधिया, जानी सिखा कंप्यूटर ते बहिदा, माड़ा मोटा दस भी सानू काउंसलिंग साडी करदे आ, चंगी गल्लां भी दसदे, इत्थे वधिया टाइम पास हो जांदा। इत्थे मेडिसिन वगैरह किद्दां? मेडिसिन सर मैं खाधी 3 दिन जरूर, मुड़ गया सर मैं छड़ी सर, मेरा शरीर सैट है ना, कोई तोड़ नहीं, नींद भी सर सही आती मैनू। मैं तो यही कहना चाहना हाँ भी कोर्ट चो निकलो, सरकारी है जी तो फायदा लेना चाहिए। मैं तो यही कहूँगा जी, जिम जुम मारो आराम ना, वधिया जिंदगी जियो, इस सर कुछ नहीं है, पैसे की बर्बादी आई है। मैं भी कर चुका इदा दी गल, बंदा पै तो जाता चा चा चा, पता बाद नहीं लगता जी, नुकसान बहुत आई है, चंगी से मिलता चंगा हिसाब था, खाण पीन वधिया मिलता, मेडिसिन भी सानू सही मिल जाती है टाइम टू टाइम। पंजाब दे नशा छुड़ाओ केंद्रां ने कई नशेड़ियां नू एक नवी जिंदगी दिती है, ते सानू उम्मीद है कि अगे भी अपना काम बाखूबी इसे ढंग नाल करदे रहणगे। स्काई न्यूज़ पंजाब दे लई हुशियारपुर तो अमरीक कुमार दी रिपोर्ट। जे तुसी एक्सप्रेस एंट्री दे विच या PNP दे थ्रू या LMIA दे थ्रू या जॉब ऑफर दे थ्रू जाके पक्के तौर ते सेटल होना चाहुंदे हो, या तुसी स्टूडेंट वीज़ा ते कैनेडा या ऑस्ट्रेलिया स्कॉलरशिप दे नाल घट फीस ते तुहाडे एजुकेशन च गैप है, ते तुसी पढ़ के जे सेटल होण दा सपना पूरा करना चाहुंदे हो, तुसी हेठ लिखे नंबरां ते कॉल कर सकते हो। सत श्री अकाल। खबर दी ताज़ा अपडेट दे लई साडे YouTube चैनल नूं सबसक्राइब करो, Facebook चैनल नूं लाइक अते शेयर करो।